ਸਿੱਧੂ ਮੂਸੇਵਾਲੇ ਦੇ ਮਾਪਿਆਂ ਵੱਲੋਂ ਵੀ ਇੱਕ ਗੁਜ਼ਾਰਿਸ਼ ਹੋਈ ਆ, ਇੱਕ ਗਾਣਾ ਆਇਆ ਹੈਗਾ ਉਹਦੇ ਵਿੱਚ ਵੀ ਜ਼ਿਕਰ ਹੋ ਰਿਹਾ ਹੈਗਾ, ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਸਿਵੇ ਦੇ ਉੱਤੇ ਰੋਟੀਆਂ ਸੇਕੀਆਂ ਜਾ ਰਹੀਆਂ? ਅਸੀਂ ਆਪਦੇ ਭਰਾ ਨੂੰ ਯਾਦ ਤਾਂ ਕਰ ਸਕਦੇ ਹਾਂ, ਅਸੀਂ ਆਪਦੇ ਭਰਾ ਦਾ ਇਨਸਾਫ ਤਾਂ ਮੰਗ ਸਕਦੇ ਹਾਂ, ਜੇ ਅਸੀਂ ਨਹੀਂ ਮੰਗਾਂਗੇ ਤਾਂ ਕੌਣ ਮੰਗੂਗਾ? ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਜੇ ਤੁਹਾਨੂੰ ਸਭ ਕੁਝ ਪਤਾ ਗਾ, ਉਹ ਕਾਂਗਰਸ ਪਾਰਟੀ ਦੇ ਨਾਲ ਵੀ ਜੁੜਿਆ ਸੀ, ਕੀ ਕਾਂਗਰਸ ਨੇ ਉਹੋ ਜਿਹਾ ਮਾਣ ਸਨਮਾਨ ਦਿੱਤਾ? ਧੂਰੀ ਤਾਂ ਮੁੱਖ ਮੰਤਰੀ ਸਾਹਿਬ ਦਾ ਆਪਣਾ ਹਲਕਾ ਗਾ, ਧੂਰੀ 'ਚ ਕੰਮ ਕੁੰਮ ਚੱਲਣ ਲੱਗਿਆ? ਜੇ ਮੈਂ ਇੱਥੇ ਕਹੂੰਗਾ ਤਾਂ ਸਾਰਿਆਂ ਨੂੰ ਲੱਗੂਗਾ ਵੀ ਇਹ ਰਾਜਨੀਤੀ ਕਰਦਾ, ਪਰ 3 ਮਹੀਨਿਆਂ ਤੋਂ ਸਾਡੇ ਮੁੱਖ ਮੰਤਰੀ ਸਾਹਿਬ ਧੂਰੀ 'ਚ ਧੰਨਵਾਦ ਕਰਨ ਵੀ ਨਹੀਂ ਆਏ। ਸੰਗਰੂਰ ਆ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਗੜ੍ਹ ਆ, ਗੜ੍ਹ ਦੇ ਵਿੱਚ ਸੇਂਧ ਲੱਗੂ। ਰਾਜਨੀਤੀ ਦਾ ਪੱਧਰ ਡਿੱਗਿਆ, ਤੁਸੀਂ ਮੰਨਦੇ ਨਹੀਂ ਵੀ ਇਹਦੇ ਲਈ ਕਾਂਗਰਸੀ ਤੇ ਅਕਾਲੀ ਜ਼ਿੰਮੇਵਾਰ ਨੇ? ਗਲਤੀ ਤਾਂ ਸਾਰਿਆਂ ਦੀ ਹੈ ਬਾਈ ਜੀ, ਇਹਦੇ ਹੱਥਾਂ ਨਾਲ ਦਿੱਤੀਆਂ ਹੁਣ ਮੂੰਹ ਨਾਲ ਖੋਲਣੀਆਂ ਪੈ ਰਹੀਆਂ ਗੀਆਂ। ਪਹਿਲਾਂ ਜਿਹੜੀ ਵੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਸੀ ਉਹਦਾ ਮੀਡੀਆ ਦੇ ਉੱਤੇ ਕਬਜ਼ਾ ਰਹਿੰਦਾ ਸੀ, ਹੁਣ ਜਦੋਂ ਨਵਿਆਂ ਨੇ ਆ ਕੇ ਉਹ ਸਿਸਟਮ ਦੇ ਉੱਤੇ ਕਬਜ਼ਾ ਕਰ ਲਿਆ, ਹੁਣ ਤੁਹਾਨੂੰ ਮਿਰਚਾਂ ਲੱਗ ਰਹੀਆਂ? ਮਿਰਚਾਂ ਤਾਂ ਉਹਨਾਂ ਦੇ ਲੱਗ ਸਕਦੀਆਂ ਨੇ ਬਾਈ ਜੀ ਜਿਨ੍ਹਾਂ ਨੇ ਇਹ ਜਿਹੀਆਂ ਚੀਜ਼ਾਂ ਕਰੀਆਂ। ਪ੍ਰਾਪਤੀਆਂ ਕੀ ਮੰਨਦੇ ਹੋ ਆਮ ਆਦਮੀ ਪਾਰਟੀ ਸਰਕਾਰ ਦੀਆਂ, ਪ੍ਰਾਪਤੀਆਂ ਹੈਗੀਆਂ ਨਜ਼ਰ ਦੇ ਵਿੱਚ ਤੁਹਾਡੀ ਦੇ ਵਿੱਚ? ਜੇ ਤਾਂ ਤੁਹਾਨੂੰ ਕੀ ਲੱਭ ਰਿਹਾ ਬੰਦਾ, ਜਿਹਨੂੰ ਉਹਨਾਂ ਨੇ ਨੌਕਰੀ ਦਿੱਤੀ ਹੋਵੇ, ਫਿਰ ਤਾਂ ਆਪਾਂ ਕੈਮਰੇ ਅੱਗੇ ਲਿਆਉਣੇ ਆ। ਸਰਵੇਖਣ ਦੇ ਵਿੱਚ ਕਿਹਾ ਜਾ ਰਿਹਾ ਵੀ ਗੁਰਮੇਲ ਸਿੰਘ ਘਰਾਂ ਚੋਂ ਵਰਤੀ ਸਿਮਰਨਜੀਤ ਸਿੰਘ ਮਾਣ ਆ, ਦੋ ਬੰਦੇ ਬਾਹਰ ਨੇ, ਤੁਹਾਡਾ ਤੇ ਬੀਬੀ ਜੀ। ਇੱਕ ਬਜ਼ੁਰਗ ਬੰਦੇ ਨੇ ਕਿ ਅਸੀਂ ਇਹਦੀ ਘਰਵਾਲੀ ਦੇ ਪਿੱਛੇ ਗੱਡੀਆਂ ਲਾ ਲੈਂਦੇ ਸੀ, ਗਾਣੇ ਵਜਾਉਂਦੇ ਸੀ, ਅਸੀਂ ਇਹਨੂੰ ਯਾਨੀ ਕਿ ਤੰਗ ਪਰੇਸ਼ਾਨ ਕਰਦੇ ਸੀ, ਹਾਲਾਂਕਿ ਸਰਕਾਰ ਨੇ ਉਹਦੇ ਖਿਲਾਫ਼ ਕਾਰਵਾਈ ਤਾਂ ਕੀ ਕਰਨੀ ਸੀ, ਭਗਵੰਤ ਮਾਨ ਜੀ ਨੇ ਉਹ ਬਜ਼ੁਰਗ ਨੂੰ ਬਤੌਰ ਸਰੋਪਾ ਪਾ ਕੇ ਸਨਮਾਨਿਤ ਕੀਤਾ ਅਤੇ ਕੈਨਆਰਆਈ ਭਰਾ ਨੇ ਉਹਨਾਂ ਨੂੰ ਬੁਲਟ ਦੇ ਕੇ ਸਨਮਾਨਿਤ ਕੀਤਾ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਟਾਕ ਵਿਦ ਰਤਨ ਦੇ ਵਿੱਚ। ਪੰਜਾਬ ਦੇ ਵਿੱਚ ਇੱਕ ਵਾਰ ਫਿਰ ਜਿਹੜਾ ਗਾ ਚੋਣਾਂ ਦਾ ਵਿਗੜ ਵੱਜਿਆ ਗਾ, ਹਾਲਾਂਕਿ ਇਹ ਜ਼ਿਮਨੀ ਚੋਣ ਆ, ਪਰ ਪੰਜਾਬ ਨੂੰ ਕਈ ਪੱਖ ਤੋਂ ਇਸ ਵਾਰ ਦੇਖਿਆ ਜਾ ਰਿਹਾ ਗਾ, ਖਾਸ ਕਰਕੇ ਨਵੀਂ ਸਰਕਾਰ ਬਣੀ ਆ, ਲਗਭਗ 3 ਮਹੀਨੇ ਹੋਣ ਵਾਲੇ ਆ ਸਰਕਾਰ ਬਣੀ ਨੂੰ, ਉਸ ਨੂੰ ਲੈ ਕੇ ਵੀ ਲੋਕ ਦੇਖ ਰਹੇ ਨੇ, ਜਾਂ ਕਈ ਲੋਕ ਇਹ ਕਹਿ ਰਹੇ ਨੇ ਵੀ ਜੇ ਸੰਗਰੂਰ ਹਲਕਾ ਗਾ ਉਹ ਆਮ ਆਦਮੀ ਪਾਰਟੀ ਦਾ ਗੜ੍ਹ ਮੰਨਿਆ ਜਾ ਰਿਹਾ ਗਾ, ਪਰ ਸੰਗਰੂਰ ਹਲਕੇ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਆ, ਨੌਜਵਾਨ ਚਿਹਰਾ ਵੀ ਨੇ, ਹਾਲਾਂਕਿ ਇਹ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ, ਯੂਥ ਕਾਂਗਰਸ ਦੀ ਗੱਲ ਕਰਦੇ ਹਾਂ, ਦਲਵੀਰ ਸਿੰਘ ਗੋਲਡੀ ਨੂੰ ਹਰ ਕੋਈ ਜਾਣਦਾ ਗਾ ਚੋਣਾਂ ਦੇ ਮੁੱਦੇ ਦੇ ਉੱਤੇ ਵੀ, ਅਤੇ ਜਿਵੇਂ ਸਰਕਾਰ ਪਰਫੋਰਮੈਂਸ ਕਰ ਰਹੀ ਆ ਉਹਦੇ ਉੱਤੇ ਵੀ ਗੱਲਬਾਤ ਕਰਾਂਗੇ, ਸਾਡੇ ਨਾਲ ਹਾਜ਼ਰ ਰਹਿਣਗੇ ਦਲਵੀਰ ਸਿੰਘ ਗੋਲਡੀ। ਗੋਲਡੀ ਸਾਹਿਬ ਸਵਾਗਤ ਆ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਰਤਨ ਬਾਈ, ਅਤੇ ਬੜਾ ਚੰਗਾ ਲੱਗਿਆ ਕਿ ਤੁਸੀਂ ਇੱਥੇ ਮੈਨੂੰ ਲੋਕਾਂ ਦੇ ਰੂਬਰੂ ਕਰਨ ਪਹੁੰਚੇ ਹੋ, ਅਤੇ ਤਾਂ ਕਿ ਸਾਰੀ ਆਪਾਂ ਇਸ ਚੋਣ 'ਤੇ ਗੱਲਬਾਤ ਕਰ ਸਕੀਏ। ਜੀ, ਸਭ ਤੋਂ ਪਹਿਲਾ ਸਵਾਲ ਤਾਂ ਮੇਰਾ ਇਹੀ ਆ, ਟਿਕਟ ਨੂੰ ਲੈ ਕੇ ਬੜਾ ਕੁਛ ਚੱਲ ਰਿਹਾ ਸੀ, ਹਾਲਾਂਕਿ ਪਹਿਲਾਂ ਸਿੱਧੂ ਮੂਸੇਵਾਲੇ ਦਾ ਨਾਮ ਵੀ ਆ ਰਿਹਾ ਸੀ, ਚਲੋ ਫਿਰ ਉਹਨਾਂ ਦੀ ਇੱਕ ਜਿਹੜੀ ਘਟਨਾ ਹੋਈ ਆ, ਸਾਰਿਆਂ ਦੇ ਹਿਰਦੇ ਵਲੂੰਦਰੇ ਗਏ। ਜੀ, ਗੋਲਡੀ ਨੂੰ ਟਿਕਟ ਦੇਣਾ ਕਾਂਗਰਸ ਦੀ ਮਜਬੂਰੀ ਬਣ ਗਈ ਜਾਂ ਕੀ ਕਾਰਨ ਰਿਹਾ? ਨਹੀਂ, ਕੋਈ ਇਹਦੇ 'ਚ ਮਜਬੂਰੀ ਵਾਲੀ ਗੱਲ ਨਹੀਂ, ਸਭ ਤੋਂ ਪਹਿਲਾਂ ਤਾਂ ਸਾਡੇ ਭਰਾ ਦਾ ਮੈਂ ਇਸ ਸਮੇਂ 'ਤੇ ਜਿਹੜਾ ਅਚਨਚੇਤ ਸਾਡੇ 'ਚੋਂ ਜਾਣਾ ਜੀ, ਸਾਡੇ ਲਈ ਬਹੁਤ ਇੱਕ ਵਿੱਚ ਹੀ ਚੋਣਾਂ ਆ ਗਈਆਂ, ਬਹੁਤ ਡਿਸਟਰਬਿੰਗ ਸੀਗਾ ਇਹ ਸਾਰਾ ਸਿਸਟਮ ਜੀ। ਸੋ ਉਸ ਤੋਂ ਬਾਅਦ ਜਿਹੜੀ ਇਹਦੇ 'ਚ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਕੋਈ ਇਹਦੇ 'ਚ ਮਜਬੂਰੀ ਵਾਲੀ ਕੋਈ ਗੱਲ ਨਹੀਂ ਸੀਗੀ, ਬੜਾ ਕਈ ਬੰਦੇ ਉਮੀਦਵਾਰ ਸੀਗੇ, ਸੋਚ ਰਹੇ ਸੀਗੇ ਜੀ, ਅਤੇ ਉਸ ਤੋਂ ਬਾਅਦ ਪਾਰਟੀ ਨੇ ਜੋ ਫੈਸਲਾ ਲਿਆ ਅਤੇ ਉਹਨੂੰ ਨਿਭਾਉਣ ਲਈ ਮੈਂ ਚੱਲਿਆ ਹੋਇਆ ਜੀ। ਜੀ, ਖਾਸ ਕਰਕੇ ਇੱਕ ਵਿਵਾਦ ਦੀ ਜੇ ਅਸੀਂ ਗੱਲ ਕਰਦੇ ਹਾਂ, ਬੜਾ ਵਿਵਾਦ ਭਖ ਰਿਹਾ ਹੈਗਾ, ਹਾਲਾਂਕਿ ਸਿੱਧੂ ਮੂਸੇਵਾਲੇ ਦੇ ਮਾਪਿਆਂ ਵੱਲੋਂ ਵੀ ਇੱਕ ਗੁਜ਼ਾਰਿਸ਼ ਹੋਈ ਆ ਵੀ ਸਾਡੇ ਪੁੱਤਰ ਨੂੰ ਇਹਨਾਂ ਚੋਣਾਂ ਲਈ ਜਾਂ ਉਹਦੇ ਨਾਮ ਨੂੰ ਇਹਨਾਂ ਚੋਣਾਂ ਲਈ ਨਾ ਵਰਤਿਆ ਜਾਵੇ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਇੱਕ ਗਾਣਾ ਆਇਆ ਗਾ ਉਹਦੇ ਵਿੱਚ ਵੀ ਜ਼ਿਕਰ ਹੋ ਰਿਹਾ ਹੈਗਾ, ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਸਿਵੇ ਦੇ ਉੱਤੋਂ ਰੋਟੀਆਂ ਸੇਕੀਆਂ ਜਾ ਰਹੀਆਂ? ਨਹੀਂ, ਇਹੀ ਜੀ ਕੋਈ ਗੱਲ ਨਹੀਂ, ਉਹ ਮੈਨੂੰ ਲੱਗਦਾ ਮਾਨ ਸਾਹਿਬ ਨੇ ਕਿਸੇ ਪੋਸਟਰਾਂ 'ਤੇ ਉਹਨਾਂ ਦੀ ਫੋਟੋ ਸੀਗੀ ਅਤੇ ਜਿਹੜਾ ਸਾਡੇ ਵਾਲਾ ਗਾਣਾ ਸੀਗਾ ਉਹਦੇ 'ਚ ਉਹ ਸੀਗਾ, ਬਟ ਉਹ ਜੇ ਤੁਸੀਂ ਗਾਣਾ ਸੁਣੋਗੇ ਤਾਂ ਉਹਦੇ 'ਚ ਇੱਕ ਮੈਨਸ਼ਨ ਕਰਿਆ ਗਿਆ ਵੀ ਜਿਹੜੇ ਸਾਡੇ ਪੁੱਤ ਚਲੇ ਗਏ ਪੰਜਾਬ ਦੇ ਉਹ ਵਾਪਸ ਨਹੀਂ ਆ ਸਕਦੇ, ਉਹਨਾਂ ਮਾਵਾਂ ਤੋਂ ਪੁੱਛੋ। ਸੋ ਮੈਂ ਇਸ ਚੀਜ਼ 'ਤੇ ਮੈਂ ਬਿਲਕੁਲ ਨਹੀਂ ਕਹੂੰਗਾ ਵੀ ਇਸ ਚੀਜ਼ 'ਤੇ ਵੋਟ ਪੈਣੀ ਚਾਹੀਦੀ ਆ, ਬਟ ਅਸੀਂ ਆਪਦੇ ਭਰਾ ਨੂੰ ਯਾਦ ਤਾਂ ਕਰ ਸਕਦੇ ਹਾਂ, ਅਸੀਂ ਆਪਦੇ ਭਰਾ ਦਾ ਇਨਸਾਫ ਤਾਂ ਮੰਗ ਸਕਦੇ ਹਾਂ, ਜੇ ਅਸੀਂ ਨਹੀਂ ਮੰਗਾਂਗੇ ਤਾਂ ਕੌਣ ਮੰਗੂਗਾ? ਫਿਰ ਤਾਂ ਸਾਰਿਆਂ ਨੂੰ ਹੀ ਜਿਹੜੀ ਸੱਤਾਧਾਰੀ ਧਿਰਾ ਉਹ ਚੁੱਪ ਕਰਾ ਦੂਗੀ, ਅਤੇ ਉਹੀ ਇਹ ਜ਼ਿਆਦਾ ਗੱਲ ਕਰ ਰਹੀ ਆ ਵੀ ਉਹਨਾਂ ਦਾ ਨਾਮ ਜਿਹੜਾ ਉਹਨਾਂ ਦੀ ਫੋਟੋ ਵਿੱਚ ਆ ਰਹੀ ਹੈ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ, ਇੱਕ ਆਮ ਜਿਹੜਾ ਆਪਦੇ ਆਪ ਨੂੰ ਟਿੱਬਿਆਂ ਦਾ ਪੁੱਤ ਕਹਿੰਦਾ ਸੀ ਮੁੰਡਾ, ਉਹਨੇ ਇੰਨੀ ਥੋੜ੍ਹੇ ਟਾਈਮ 'ਚ ਸ਼ੋਹਰਤ ਹਾਸਲ ਕਰੀ, ਇੰਨੀ ਮਿਹਨਤ ਕਰੀ ਅਤੇ ਆਪਦਾ
बेस कैंप उन्हें पिंड च रखा किन्ने बंदियां दे नाल उहदा रोज़गार बंदियां रोज़गार जुड़िया होया सीगा एक मिनट च ही जिहड़ा इस दुनिया तो चला गया। गोल्डी जी मैं माफ़ी चाहूँगा जिहड़ी गल तुसी कर रहे हो जे तुहानू सब कुछ पता गा वह कांग्रेस पार्टी दे नाल भी जुड़िया सी कि कांग्रेस ने उहो जिहा मान सन्मान दिता कि कांग्रेस उहदे लई उह कुछ कर सकती सी जिहड़ा लोग कह रहे ने कोई पक्का धरना भी लग सकता सी होर भी बहुत कुछ हो सकता सी उदां दी चीज़ नहीं हुई। नहीं ये वो राजनीति सी जो चीज़ आपां करदे उहदे च जो फैमिली ने कहा मैनूं लगदा जी राजा बाई नूं जिहड़ा साढ़े प्रधान जी ने उहनां नाल जो फैमिली ने कहा उस टाइम तो सारी लीडर मौजूद सी कि साडी पार्टी देनी सारे ही मौजूद सी उन्होंने रल के ये चीज़ जो भी फैसला लिया तो उन्होंने ज़्यादा फैमिली नूं पता ये बारे मैं कोई ये ते व्याख्या नहीं कर सकता इस घटनाक्रम की। हल्के नूं किवें देख रहे हो नौ विधानसभा हल्के आउंदे आ उत्थों लै के दड़बे तो लै के सारा संगरूर तुहाडा मानसा सॉरी सुनाम कवर हुंदा गा धूरी कवर हुंदा महल कलां भदौड़ किवें देख रहे हो विच रिजर्व हल्के भी आ हालांकि ये भी कहा जांदा वी संगरूर आ जिहड़ा उह आम आदमी पार्टी का गढ़ आ गढ़ दे विच सेंध लगू। देखो करन वाला परमात्मा जी अपना फर्ज हुंदा इंसान का मेहनत करना जी ते लोगां ने देखना कि किहड़ा कैंडीडेट जिहड़ी उहनां दी आवाज़ नूं सही तरीके नाल बुलंद कर सकदा लोक सभा दे विच सही तरीके नाल उठा सकदा ये सारियां चीज़ां दे विच मेरे इंडिविजुअल करे हुए काम ने जिहड़े मैनूं लगदा वह बाकी लीडरां नालों कुछ अलग ने चाहे वह साडा किसानी संघर्ष दे विच पैदल जाना उरों सिंघू तक फिर टिकरी तक उहदे उत्ते मैं राजनीति दे वोट नहीं मंगदा मैं सिर्फ ये सारियां गल्लां इस करके दस रहा हाँ कि लोगों नूं पता लगदा कि यह लीडर ਇਹੋ ਜਿਹਾ ਤਾਂ ਅਸੀਂ ਇਹਦੀ ਮਦਦ ਕਰੀਏ ਤਾਂ ਕਿ ਆਉਣ ਵਾਲੇ ਸਮੇਂ 'ਚ ਕਿਸੇ ਸੰਘਰਸ਼ ਤੋਂ ਡਰੂਗਾ ਨਹੀਂ ਚਾਹੇ ਇਹਨੂੰ ਸੈਂਟਰ ਦੀ ਸਰਕਾਰ ਨਾਲ ਮੱਥਾ ਲਾਉਣਾ ਪਵੇ ਅਤੇ ਚਾਹੇ ਪੰਜਾਬ ਦੀ ਸਰਕਾਰ ਨਾਲ ਮੱਥਾ ਲਾਉਣਾ ਪਵੇ ਇਹ ਜਿਹੜੇ ਵੀ ਹਲਕੇ ਨੇ ਤਕਰੀਬਨ ਸਾਰੇ ਸਾਡੀ ਟੋਲ ਰੋਡ ਜਿਹੜੀ ਸੀਗੀ ਹੁਣ ਤਾਂ ਜਿਹੜਾ ਉਹਦਾ ਲਾਹੇਬੰਦ ਜਿਹੜਾ ਫਾਇਦਾ ਸੀਗਾ ਮੈਂ ਇਲੈਕਸ਼ਨ ਤੋਂ ਬਾਅਦ ਉਹਦੀ ਸੜਕ ਬਣਾਈ ਸੀਗੀ ਤਾਂ ਉਹਦੇ 'ਚ ਮੈਨੂੰ ਲੱਗਦਾ ਸਾਰੇ ਹਲਕੇ ਵਾਲਿਆਂ ਦਾ ਹੀ ਮਲੇਰਕੋਟਲੇ ਤੋਂ ਲੈ ਕੇ ਜਾਂ ਜਿਹੜਾ ਵੀ ਇੱਥੋਂ ਨਿਕਲਦਾ ਅੰਮ੍ਰਿਤਸਰ ਤੋਂ ਦਿੱਲੀ ਤੱਕ ਜਾਂਦਾ ਉਹਨੂੰ ਇਹ ਚੀਜ਼ ਦਾ ਜ਼ਰੂਰ ਪਤਾ ਹੋਣਾ ਸੋ ਮੈਂ ਤਾਂ ਕਰੇ ਹੋਏ ਕੰਮਾਂ ਦੇ ਸਿਰ 'ਤੇ ਬਾਈ ਜੀ ਵੋਟ ਮੰਗਣੀ ਆ ਬਾਕੀ ਫੈਸਲਾ ਲੋਕਾਂ ਦਾ ਲੋਕਾਂ ਨੇ ਸੋਚਣਾ ਲੋਕਾਂ ਨੇ ਦੇਖਣਾ ਜੋ 3 ਮਹੀਨਿਆਂ ਦੀ ਇਹਨਾਂ ਦੀ ਕਾਰਗੁਜ਼ਾਰੀ ਰਹੀ ਆ ਜੋ ਮੇਰੀ ਕਾਰਗੁਜ਼ਾਰੀ ਰਹੀ ਆ। ਧੂਰੀ ਤਾਂ ਮੁੱਖ ਮੰਤਰੀ ਸਾਹਿਬ ਦਾ ਆਪਣਾ ਹਲਕਾ ਗਾ ਧੂਰੀ 'ਚ ਕੰਮ ਕੁੰਮ ਚੱਲਣ ਲੱਗਿਆ ਜੇ ਮੈਂ ਇੱਥੇ ਕਹੂੰਗਾ ਤਾਂ ਸਾਰਿਆਂ ਨੂੰ ਲੱਗੂਗਾ ਵੀ ਇਹ ਰਾਜਨੀਤੀ ਕਰਦਾ ਪਰ 3 ਮਹੀਨਿਆਂ ਤੋਂ ਸਾਡੇ ਮੁੱਖ ਮੰਤਰੀ ਸਾਹਿਬ ਧੂਰੀ 'ਚ ਧੰਨਵਾਦ ਕਰਨ ਵੀ ਨਹੀਂ ਆਏ ਧੂਰੀ 'ਚ ਤਾਂ ਛੱਡੋ ਉਹਨਾਂ ਨੇ ਫੇਸਬੁੱਕ 'ਤੇ ਵੀ ਧੰਨਵਾਦ ਕਰਨਾ ਮੈਨੂੰ ਲੱਗਦਾ ਮੁਨਾਸਿਬ ਨਹੀਂ ਸਮਝਿਆ ਸੋ ਕਿਤੇ ਨਾ ਕਿਤੇ ਲੋਕ ਇਹ ਚੀਜ਼ ਨੂੰ ਜ਼ਰੂਰ ਮਹਿਸੂਸ ਕਰ ਰਹੇ ਨੇ ਪਰ ਆਮ ਆਦਮੀ ਪਾਰਟੀ ਵਾਲੇ ਤਾਂ ਆਈਟੀ ਵਿੰਗ ਕਹਿ ਰਹੇ ਨੇ ਵੀ ਗੋਲਡੀ ਦੀ ਫੱਟੀ ਪੋਚ ਦੇਣੀ ਹੈ ਇਹ ਤਾਂ ਜੀ ਲੋਕਾਂ ਨੇ ਦੱਸਣਾ ਅਤੇ ਨਾ ਹੀ ਆਈਟੀ ਵਿੰਗ ਦੇ ਸਿਰ 'ਤੇ ਮੈਂ ਉਹਦੇ ਤੱਕ ਪਹੁੰਚਿਆ ਮੈਂ ਤਾਂ 2002 ਤੋਂ ਕਲਾਸ ਦੇ ਮਨੀਟਰ ਤੋਂ ਸ਼ੁਰੂ ਹੋਇਆ ਹੋਇਆ ਅਜੇ ਤੱਕ ਕਿੰਨੀਆਂ ਜਿੱਤਾਂ ਨੇ ਕਿੰਨੀਆਂ ਹਾਰਾਂ ਸਾਰੀ ਜ਼ਿੰਦਗੀ ਇਹ ਸੰਘਰਸ਼ ਚੱਲੀ ਜਾਣੀ ਆ ਮੈਂ ਇੱਕ ਆਮ ਮੁੰਡੇ ਨੇ ਆਪਦਾ ਰਸਤਾ ਆਪ ਚੁਣਿਆ ਅਤੇ ਜਿੱਤਾਂ ਵੀ ਬਹੁਤ ਮਿਲਣਗੀਆਂ ਅਤੇ ਹਾਰਾਂ ਵੀ ਬਹੁਤ ਮਿਲਣਗੀਆਂ ਅਤੇ ਮੈਨੂੰ ਇਹਦੇ ਨਾਲ ਕੋਈ ਪ੍ਰਭਾਵ ਨਹੀਂ ਨਾ ਹੀ ਮੇਰੇ ਕੋਲ ਪੇਡ ਆਈ ਟੀ ਸੈੱਲ ਆ ਮੈਨੂੰ ਤਾਂ ਮੇਰੇ ਭਰਾ ਮੇਰੇ ਦੋਸਤ ਆਪਾਂ ਪਿਛਲੀਆਂ ਇਲੈਕਸ਼ਨਾਂ 'ਚ ਵੀ ਗੱਲ ਕਰੀ ਸੀ ਮੇਰੇ ਤਾਂ ਛੋਟੇ ਛੋਟੇ ਜੋ ਛੋਟੇ ਭਰਾ ਨੇ ਜਾਂ ਭੈਣ ਭਰਾ ਨੇ ਉਹੀ ਮੇਰਾ ਆਈ ਟੀ ਸੈੱਲ ਨੇ ਜਾਂ ਤੁਸੀਂ ਨੌਜਵਾਨ ਨੇ ਜਿਹੜੇ ਪਹਿਲਾਂ ਤਾਂ ਮੇਰੇ ਕੋਲ ਇੱਕ ਹਲਕਾ ਸੀ ਹੁਣ ਮੈਨੂੰ 9 ਹਲਕਿਆਂ ਦੀ ਸਪੋਰਟ ਆ ਮੇਰਾ ਪਰਿਵਾਰ 9 ਹਲਕਿਆਂ 'ਚ ਅਤੇ ਬੜੇ ਵਧੀਆ ਤਰੀਕੇ ਨਾਲ ਜਿਹੜਾ ਮੈਨੂੰ ਹੁੰਗਾਰਾ ਮਿਲ ਰਿਹਾ ਨੌਜਵਾਨ ਮੇਰਾ ਸਾਥ ਦੇ ਰਹੇ ਨੇ ਇੱਕ ਬਾਈ ਥੋੜ੍ਹਾ ਜਿਹਾ ਹਟ ਕੇ ਸਵਾਲ ਆ ਹੋ ਸਕਦਾ ਜੇ ਤੁਸੀਂ ਨਹੀਂ ਵੀ ਆਨਸਰ ਦਿਓਗੇ ਠੀਕ ਆ ਤੁਸੀਂ ਕਹਿ ਸਕਦੇ ਹੋ ਨਹੀਂ ਜੀ ਜਿਹੜਾ ਆਈ ਟੀ ਵਿੰਗਾਂ ਵਾਲਾ ਇਹ ਸਿਸਟਮ ਚੱਲਿਆ ਗਾ ਪਿਛਲੀਆਂ ਇਲੈਕਸ਼ਨਾਂ 'ਚ ਵੀ ਹਾਲਾਂਕਿ ਤੁਹਾਡੇ ਮੈਸੇਜ ਵੀ ਉਹ ਵੀ ਚੋਣ ਪ੍ਰਚਾਰ ਤੁਹਾਡੇ ਨਾਲ ਕਰਦੇ ਆ ਤਾਂ ਸੁਭਾਵਿਕ ਆ ਉਹਨਾਂ ਦੀਆਂ ਇੰਟਰਵਿਊਜ਼ ਵੀ ਹੋਣੀਆਂ ਗੀਆਂ ਜੀ ਉਹਨਾਂ ਨੂੰ ਲੈ ਕੇ ਜਾਂ ਤੁਹਾਡੀ ਫੈਮਿਲੀ ਨੂੰ ਲੈ ਕੇ ਜਿਹੜੀ ਪਰਸਨਲ ਕਮੈਂਟਬਾਜ਼ੀ ਚੱਲ ਗਈ ਹੁਣ ਵੀ ਅਸੀਂ ਕਈ ਸਾਰੀਆਂ ਪੋਸਟਾਂ ਦੇਖਦੇ ਹਾਂ ਖਾਸ ਕਰਕੇ ਜਿਹੜੀ ਸਿਲੰਡਰਾਂ ਵਾਲੀ ਗੱਲ ਨਿਕਲ ਕੇ ਆਉਂਦੀ ਆ ਤੁਹਾਨੂੰ ਲੱਗਦਾ ਹੈਗਾ ਵੀ ਕਿਤੇ ਨਾ ਕਿਤੇ ਫੈਮਿਲੀ ਨੂੰ ਇਨਵੋਲਵ ਕਰਨਾ ਆਪਦੇ ਪਰਿਵਾਰ ਦੇ ਉੱਤੇ ਭਾਰੀ ਪੈ ਜਾਂਦਾ ਫਿਰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਕਿ ਉਹਨਾਂ ਲੋਕਾਂ ਨੂੰ ਸਮਝ ਨਹੀਂ ਜਿਹੜਾ ਆਪਣਾ ਪੱਧਰ ਸਿੱਟ ਲੈਂਦੇ ਨੇ ਆਪਾਂ ਵੈਸੇ ਗੱਲ ਕਰਦੇ ਹਾਂ ਕਿ 50% ਲੇਡੀਜ਼ ਦੀ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਚਾਹੇ ਉਹ ਸਰਪੰਚੀ 'ਚ ਹੋਣੀ ਚਾਹੀਦੀ ਹੈ ਚਾਹੇ ਮਿਊਨਸੀਪਲ ਕੌਂਸਲਰ ਹੋਣੇ ਚਾਹੀਦੇ ਨੇ ਚਾਹੇ MLAs ਨੇ ਚਾਹੇ MP ਆ ਬਟ ਇੱਕ ਬੰਦੇ ਦੀ ਇੱਕ ਵਾਈਫ ਕਾਲਜ ਤੋਂ ਉਹਦਾ ਸਾਥ ਦੇ ਰਹੀ ਆ ਅੱਜ ਤੱਕ ਅਤੇ ਉਹਨੇ ਕੋਈ ਚੀਜ਼ ਗਲਤ ਨਹੀਂ ਕਹੀ ਉਹਨੇ ਪ੍ਰਿਯੰਕਾ ਜੀ ਆਏ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਸਾਡੀ ਪਾਰਟੀ ਨੂੰ ਜਿਤਾਓਗੇ ਤਾਂ ਅਸੀਂ ਰਸੋਈ ਗੈਸ ਜਿਹੜੀ ਬਹੁਤ ਮਹਿੰਗੀ ਹੋ ਚੁੱਕੀ ਆ ਉਹ 1 ਸਾਲ ਦੇ 8 ਸਿਲੰਡਰ ਗੌਰਮੈਂਟ
फ्री ऑफ कॉस्ट दूगी जाने के महिलावां नूं। सो वो चीज़ का मजाक उड़ाउणा ते अज जे मैं जिवें कई आम आदमी वाले मैनूं पता नहीं भी किहड़े किहड़े इह चीज़ां कर रहे ने, जे मैं उन्हां दीआं वाइफ्स दीआं फोटोआं चक के उन्हां दे उपर हज़ार हज़ार रुपया लिख के पुछा भी दसो भी थोड़ा हज़ार हज़ार रुपया कित्थे आ, हालांकि जवाब दे आम आदमी आ असीं तां हार चुके हाँ ते जिहड़ा साडा वादा सी उह असीं पूरा भी करके दिखाउंदे जे असीं जितदे। किसी की धी भैन नाल कोई अजिही गल करनी कमेंटबाजी करनी मैनू लगता है बहुत ही घटिया मानसिकता का एक सबूत आ। तुसी रतनदीप जी एक घटनाक्रम होर आया अज तक वैसे पुरानी पोलीटिकल पार्टियां च अजिहा कुछ नहीं सी भी जाने के तुसी एक दूसरे की फैमिली ते अटैक करो जी, ना ही तुसी सोचते हो भी इहदा की भैणा पर उन्हां दे भी जिहड़े लिख रहे ने उन्हां दीआं भी घरवालियां होणगियां उन्हां दीआं भी मातावां होणगियां कि आपां पंजाब दे नौजवान इन्ना भुल गए कि असी कही जी चीज़ की लिखनी आ जां की नहीं लिखनी। इहदे नाल मेरी वाइफ बहुत डिमोरलाइज हुई, उन्होंने लग्या कि यार मैं तो कुछ गलत करे ही नहीं, शायद इस करके अज मैं उन्होंने थोड़ा जा प्रोटेक्शन दे विच रखदा थोड़ा जा परां रखदा इह चीज़ तो। तां एक इन्नी दलेर कुड़ी जिहड़ी कोई काम करना चाहुंदी सी फाउंडेशन चलाउंदी सी अज उहदे मन ते किहो जिहा इंप्रैशन गया होना इन चीज़ों का। एक रतनदीप जी बहुत ही माड़ी घटना जिहड़ी झंझोड़न वाली है, दिल तो मेरा भी करता नौजवान आ भी कुछ ना कुछ अजिही चीज़ करा पर जिम्मेवारियां रोक लैंदियां ने इंसान नूं। एक बजुर्ग बंदे ने पूरी इलेक्शन दे विच कहा ठोके कहा बिल्कुल वो पेज जिहड़े बने हुए ने पेड़ पेज ने जिहड़े उन्हां ते कहा कि असीं इहदी घरवाली दे पिछे गड्डियां ला लैंदे सी गाने बजाउंदे सी असीं इहनूं जाने के तंग परेशान करदे सी, हालांकि सरकार ने उहदे खिलाफ़ कार्रवाई तो की करनी सी। भगवंत मान जी ने वो बजुर्ग नूं बतौर सरोपा पा के सन्मानित किया ते कैनारी भरा ने उन्होंने बुलट दे के सन्मानित किया। देखो अज की सोच किहड़े पद्धर ते गिर चुकी है, अज मैं हैरान हाँ कि अजिहियां घटनावां कल नूं थोड़ी धी भैन भी हो सकदी आ ते कल नूं ना किहो जे तुहानूं कोई तंग परेशान करेगा तो फिर आपां कहांगे सिस्टम गलत आ। जिहड़ा राजनीति का पद्धर डिग्गिया तुसीं मानदे नहीं भी इहदे लई कांग्रेसी ते अकाली जिम्मेवार ने, क्योंकि सत्ता जिहड़ी जदों दा पंजाब बणिया गा सत्ता दो पार्टियां दे हत्थ विच रही आ, बहुत चीज़ां जिहड़े बजुर्ग आ साडे कंट्रोल कर सकदे सी चाहे वह बादल परिवार होवे जां फिर कांग्रेस दे विच बहुत ही अनेकां वड्डे परिवार रहे ने। तुहानूं नहीं लगता भी उत्थे भी किते ना किते जिहड़ा सिस्टम आ उवें बैलेंस नहीं रहा, बैलेंस हिल गया सारा? गलती तो सारयां दी है बई जी इहदे च हाँ। बट जिहड़ी आ नैगेटिविटी आम आदमी पार्टी तो आउण तो बाद जिहड़ी इह सोशल मीडिया ते इक दूजे दा मजा, क्योंकि लीडर दी लैंग्वेज ही जिहड़ा इहनां नूं लीड कर रिहा पूरे पंजाब च जी, उहनां दी लैंग्वेज ही इन्नी माड़ी सीगी ते नीचे उवें फॉलो करनगे। मैं कदे किसी का विरोध नहीं करिया, अज तक मेरा रिकॉर्ड कढ लिओ तुसीं, मैं एक भी कमेंट कदे किसी दे बरखिलाफ नहीं लिखिया चाहे मेरा विरोधी होवे। मैनूं इह नहीं समझ आउंदी भी इह फेसबुक आ जिहड़ी ਇਹ ਆਪਣੇ ਫਰੈਂਡਸ ਨਾਲ ਜੁੜਨ ਵਾਸਤੇ ਆ, ਇਹਦੇ ਇਹ ਕੋਈ ਅਧਿਕਾਰ ਨਹੀਂ ਦਿੰਦੀ ਵੀ ਮੈਂ ਤੁਹਾਡੀ ਫੇਸਬੁੱਕ 'ਤੇ ਜਾ ਕੇ ਮੈਂ ਹੋ ਸਕਦਾ ਮੈਂ ਤੁਹਾਨੂੰ ਪਸੰਦ ਨਾ ਕਰਦਾ ਹੋਵਾਂ ਪਰ ਇਹਦਾ ਇਹ ਮਤਲਬ ਥੋੜ੍ਹੀ ਹੈ ਕਿ ਮੈਂ ਤੁਹਾਨੂੰ ਗਾਲਾਂ ਲਿਖਾਂ। ਤੁਹਾਡੇ ਭੈਣ ਭਰਾ ਹੋਣਗੇ, ਤੁਹਾਡੇ ਮਾਂ ਪਿਓ ਹੋਣਗੇ, ਤੁਹਾਡੇ ਰਿਸ਼ਤੇਦਾਰ ਹੋਣਗੇ, ਉਹ ਕੀ ਇਹ ਚੀਜ਼ ਪੜ੍ਹਦੇ ਹੋਣਗੇ ਕੀ ਮਹਿਸੂਸ ਹੁੰਦਾ? ਵੈਬ ਚੈਨਲਸ ਵਾਲਾ ਪਲੇਟਫਾਰਮ ਚੱਲਿਆ ਹੈਗਾ ਜਿਹੜੀਆਂ ਇਹ ਚੀਜ਼ਾਂ ਚੱਲੀਆਂ, ਤੁਹਾਨੂੰ ਲੱਗਦਾ ਨਹੀਂ ਵੀ ਹੱਥਾਂ ਨਾਲ ਦਿੱਤੀਆਂ ਹੁਣ ਮੂੰਹ ਨਾਲ ਖੋਲਣੀਆਂ ਪੈ ਰਹਿਣਗੀਆਂ? ਪਹਿਲਾਂ ਜਿਹੜੀ ਵੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਸੀ ਉਹਦਾ ਮੀਡੀਆ ਦੇ ਉੱਤੇ ਕਬਜ਼ਾ ਰਹਿੰਦਾ ਸੀ, ਹੁਣ ਜਦੋਂ ਨਵਿਆਂ ਨੇ ਆ ਕੇ ਉਹ ਸਿਸਟਮ ਦੇ ਉੱਤੇ ਕਬਜ਼ਾ ਕਰ ਲਿਆ ਹੁਣ ਤੁਹਾਨੂੰ ਮਿਰਚਾਂ ਲੱਗ ਰਹੀਆਂ, ਇਹ ਵੀ ਚੀਜ਼ ਕਹਿ ਸਕਦੇ? ਦੇਖੋ ਮੈਨੂੰ ਕੋਈ ਮਿਰਚਾਂ ਲੱਗਣ ਵਾਲੀ ਗੱਲ ਨਹੀਂ, ਨਾ ਹੀ ਮੈਂ ਨੈਗੇਟਿਵਿਟੀ ਕਰੀ ਆ ਅੱਜ ਤੱਕ ਅਤੇ ਨਾ ਹੀ ਜ਼ਿੰਦਗੀ 'ਚ ਕਰਾਂ ਅਤੇ ਨਾ ਹੀ ਮੈਂ ਕੋਈ ਨੈਗੇਟਿਵਿਟੀ ਚੀਜ਼ ਪੋਸਟ ਕਰੀ ਆ ਜੀ। ਇਹ ਤਾਂ ਜਿਹੜੀਆਂ ਪਾਰਟੀਆਂ ਨੇ ਦੇਖਣਾ ਜਿਹੜੇ ਇਹੋ ਜਿਹੇ ਲੋਕ ਨੇ, ਕਿਉਂਕਿ ਅਸੀਂ ਯੂਨੀਵਰਸਿਟੀ ਦੇ ਸਟੂਡੈਂਟ ਲੀਡਰ ਦੀ ਪੋਲਿਟਿਕਸ ਤੋਂ ਆਏ ਹਾਂ, ਅਸੀਂ ਮੁੱਦਿਆਂ 'ਤੇ ਲੜਾਈ ਲੜੀ ਆ ਹਮੇਸ਼ਾ, ਚਾਹੇ ਉਹ 2002 ਦੀ ਗੱਲ ਆ ਜਦੋਂ ਮੈਂ ਉਰੇ ਤੱਕ ਪਹੁੰਚਿਆ ਹੌਲੀ ਹੌਲੀ, ਅਤੇ ਮਿਰਚਾਂ ਤਾਂ ਉਹਨਾਂ 'ਤੇ ਲੱਗ ਸਕਦੀਆਂ ਨੇ ਬਾਈ ਜੀ ਜਿਨ੍ਹਾਂ ਨੇ ਇਹੋ ਜਿਹੀਆਂ ਚੀਜ਼ਾਂ ਕਰੀਆਂ ਨੇ। ਜਿਵੇਂ ਇਹ ਜ਼ਿਆਦਾਤਰ ਜਿਹੜੀ ਇਹਨਾਂ ਦੀ ਬੈਕਿੰਗ ਸੀਗੀ ਉਹ ਆਮ ਆਦਮੀ ਕਰ ਰਹੀ ਸੀ, ਅੱਜ ਉਹੀ ਸੋਸ਼ਲ ਮੀਡੀਆ ਉਹਨਾਂ ਦੇ ਖਿਲਾਫ਼ ਚੱਲ ਰਿਹਾ ਇਹ ਸਾਰੀ ਚੀਜ਼ ਦੇ ਵਿੱਚ। ਸੋ ਮੈਨੂੰ ਲੱਗਦਾ ਕਿ ਇਹ ਟ੍ਰੈਂਡ ਬਹੁਤਾ ਵਧੀਆ ਨਹੀਂ ਹੈਗਾ, ਇਹ ਕਿਤੇ ਨਾ ਕਿਤੇ ਜਾ ਕੇ ਤਾਂ ਇਹਨੂੰ ਰੋਕਣਾ ਪਊਗਾ। ਬਹੁਤ ਵੱਡੇ ਵੱਡੇ ਲੀਡਰਾਂ ਦੇ ਬੱਚਿਆਂ ਨੂੰ ਇਹਦੇ 'ਚ ਇਨਵੋਲਵ ਕਰਿਆ ਜਾਂਦਾ, ਉਹਨਾਂ ਬਾਰੇ ਮਾੜੀ ਸ਼ਬਦਾਵਲੀ ਬੋਲੀ ਜਾਂਦੀ ਆ, ਕਿਸੇ ਨੂੰ ਬਖਸ਼ਿਆ ਨਹੀਂ ਜਾਂਦਾ, ਅਤੇ TRP ਲੈਣ ਨੂੰ ਸਿਰਫ ਇੱਕ ਆਪਦੀ ਕੋਈ ਚੀਜ਼। ਐਕਚੁਲੀ ਨਾ ਲੋਕਾਂ ਨੂੰ ਨੈਗੇਟਿਵਿਟੀ ਕਰਨ ਦੇ ਵਿੱਚ ਮਜ਼ਾ ਆਉਣ ਲੱਗ ਗਿਆ, ਸਵਾਦ ਆਉਣ ਲੱਗ ਗਿਆ, ਚੀਜ਼ ਹੀ ਉਹ ਚੱਲਦੀ ਆ ਜਿੰਨੀ ਨੈਗੇਟਿਵ, ਜਿੰਨੀ ਯਾਨੀ ਕਿ ਮੈਂ ਰਤਨਦੀਪ ਨੂੰ ਕੋਈ ਨੁਕਸਾਨ ਪਹੁੰਚਾ ਰਿਹਾ ਤਾਂ ਉਹ ਚੀਜ਼ ਦਾ ਲੋਕ ਬਹੁਤ ਸਵਾਦ ਨਾਲ ਦੇਖਦੇ ਨੇ ਇਹ ਚੀਜ਼ ਨੂੰ। ਬਟ ਹੁਣ ਡੇ ਬਾਈ ਡੇ ਅਵੇਅਰਨੈਸ ਵੱਧ ਰਹੀ ਹੈ, ਮੈਨੂੰ ਲੱਗਦਾ ਲੋਕਾਂ ਨੂੰ ਖੁਦ ਹੀ ਇਸ ਚੀਜ਼ 'ਤੇ ਕੰਟਰੋਲ ਕਰਨਾ ਪਊਗਾ।
खास करके विधानसभा चोणों तो बाद जो तुहानू हार का सामना करना पिया मुख्यमंत्री के खिलाफ तुसीं चोण लड़े वो चेहरे के खिलाफ जे एक सवाल आ सही सही दस्सो जी प्राप्तियां की मानते हो आम आदमी पार्टी सरकार दीआं प्राप्तियां हैगीआं नज़र दे विच तुहाडी दे विच नहीं हजे तीन महीने तक कोई प्राप्ति नहीं है जी कोई भी जी उन्होंने कोई प्राप्ति करी हो कोई बहुता ज़्यादा वड्डी गल कोई अजिही चीज़ करी नहीं हैगी उन्होंने एक एम एल ए तो गनमैन लैने ज एक एम एल ए तो फ्लैट छुड़ा ये तो सुभाविक जी गल आ कि तुसी अज एम एल ए नहीं हैगी तो थोड़ी सिक्योरिटी भी विदड्रॉ होनी आम एल ए भी फ्लैट भी विदड्रॉ होना सो ये सारिया चीज़ा तो एक्चुअली छोटी चीज़ को ज्यादा वड्डी करके दिखाउण जिहड़े ऐलान होए ने वी कच्चे मुलाजम पक्के करते इन्नियां नवीआं नौकरियां दित्तियां उन्हां नूं तुसीं किवें देखदे जे तां तुहानूं की लभ रिहा बंदा जिन्हों उन्होंने नौकरी दित्ती होवे फिर तां आपां कैमरे अगे लै आउणे आ उहनूं जां जिहड़े उन्होंने वादे करे सी वी 1000 रुपया हरेक साडी भैण नूं दे देणा उन्होंने जे किसी भैण कोल 1000 रुपया पहुँच गया होवे तां उह वी जरूर दस सकदे ने ते बिजली जिन्हों बिल आउणों ही हट गया उह वी बंदा अपने सामने आ के गल दस्सदा अपने हलके च कोई मुलाजम पक्का नहीं होया नहीं मैनू तो नहीं हूँ ये बारे ज्ञान है भी पक्का होया या नहीं होया इतने तो जोड़े पटवारी साढ़े भरा से 18 रिटायर्ड पटवारी इन्होंने जरूर एक बार ड्यूटी तो लाए थे सो यारिया गल चीज़ों का ज़्यादा बेहतर जवाब तो आम आदमी दे सकती है तुम आपका मुकाबला कि मानते हो अकाली दल अकाली दल अमृतसर कि आम आदमी पार्टी सारिया पार्टियां ही स्ट्रगल कर दया ने सारिया पार्टियां ही मुकाबले च ने कोई भी जड़ा कैंडीडेट आ कोई भी पार्टी आ वो कदे भी आपदे ये जड़ी चोण उन्हूं हारन वास्ते नहीं लड़दे हमेशा जितने वास्ते हरेक बंदा लड़दा सो सारे नाल ही मुकाबला सारे सत्कारयोग ने पर सर्वेखण दे विच कहा जा रहा भी गुरमेल सिंह घराचों वारसी सिमरनजीत सिंह मान आ दो बंदे बाहर ने तुहाडा ते बीबी जी दा कोई गल नहीं जी ये समां दस दूगा चंगी गल आ जी कोई ये माड़ी गल नहीं हैगी जो भी चीज़ा हो रही ने बाकी समा दसूगा 23 तरीक न पता लगेगा 26 तरीक न रिजल्ट आऊगा जो भी लोगों का फतवा वो हरेक मनना पेगा जे तुम जाने हो लोग सभा पार्लीमेंट जाने हो डेढ़ साल दे विच तुसी की करोगे संगरूर लई जां संगरूर लई तुहाडा रूट मैप की रोड मैप की रहने वाला की ब्लू प्रिंट आ बहुत सारे मुद्दे अजे ने जिन्हें अजे तक गल करनी बाकी आ बहुत सारिया अजिहिया गलां ने क्योंकि उत्थे असी सवाल चक सकते हैं किसी भी चीज़ को लैके तो मेरा मकसद यह आ कि जदों भी मैं लोग सभा दे विच जे परमात्मा मैनूं मौका दिंदा तां पहलां सारियां तों पुछ के जिवें बहुत सारियां सेंटर इह जिहियां स्कीम्स दिंदियां जिन्हां नूं असीं लोकां दे विच लिया के रख सकदे हां जी पी जी आई लै के आए सी सिंगला साहब एक बहुत वड्डा इंस्टीट्यूट सी मैडिकल दा जी 8 साल भगवंत मान साहब रह गए ने मैंबर पार्लीमेंट ते ਉਹ ਹਸਪੀਟਲ ਦੀ ਹਜੇ ਵੀ ਕੋਈ ਬਹੁਤੀ ਜ਼ਿਆਦਾ ਵਧੀਆ ਉਹਦੇ ਹਾਲਾਤ ਨਹੀਂ ਹੈਗੇ ਸੋ ਅਸੀਂ ਰਲ ਕੇ ਉਹਦੇ 'ਤੇ ਕੰਮ ਕਰਾਂਗੇ ਸਪੋਰਟਸ 'ਤੇ ਕੰਮ ਕਰਾਂਗੇ ਅਸੀਂ ਜਿਹੜਾ ਅੱਜ ਤੱਕ ਕੋਈ ਬਹੁਤੀਆਂ ਵੱਡੀਆਂ ਚੀਜ਼ਾਂ ਸਾਡੇ ਪੰਜਾਬ ਨੂੰ ਨਹੀਂ ਮਿਲ ਸਕੀਆਂ ਕਿਉਂਕਿ ਨੌਜਵਾਨ ਹਜੇ ਵੀ ਸੜਕਾਂ 'ਤੇ ਭੱਜਦੇ ਫਿਰਦੇ ਨੇ ਜਿਵੇਂ ਮੈਂ ਆਪਣੇ ਏਰੀਏ 'ਚ ਦੋ ਸਿੰਡਰ ਟਰੈਕ ਬਣਾਏ ਨੇ ਤਾਂ ਕਿ ਜਦੋਂ ਬੰਦਾ ਕੋਈ ਪੁਲਿਸ ਜਾਂ ਫੌਜ 'ਚ ਭਰਤੀ ਹੁੰਦਾ ਉਹ ਸੜਕਾਂ 'ਤੇ ਭੱਜ ਕੇ ਉਹਦਾ ਮੁਕਾਬਲਾ ਨਹੀਂ ਕਰ ਸਕਦਾ ਅਸੀਂ ਡਿਜੀਟਲ ਲਾਇਬ੍ਰੇਰੀਜ਼ ਹਰੇਕ ਪਿੰਡ 'ਚ ਦੇ ਸਕਦੇ ਹਾਂ ਮੈਡੀਕਲ ਨੌਨ ਮੈਡੀਕਲ ਦੀ ਅੱਜ ਤਾਂ ਹੁਣ ਔਨਲਾਈਨ ਸਾਰਾ ਕੁਛ ਟਿਊਸ਼ਨਸ ਦਾ ਹੁੰਦਾ ਬਹੁਤ ਸਾਰੀਆਂ ਅਜਿਹੇ ਪੱਖ ਨੇ ਅਤੇ ਬਹੁਤ ਸਾਰੀ ਅਜਿਹੀਆਂ ਗੱਲਾਂ ਨੇ ਜਿਨ੍ਹਾਂ 'ਤੇ ਕੰਮ ਕਰਨਾ ਬਹੁਤ ਸਾਰੀ ਡੂੰਘਾਈ ਨਾਲ ਕੰਮ ਕਰਨਾ ਪਊ ਅਤੇ ਸਾਲ ਡੇਢ ਸਾਲ 'ਚ ਕੋਈ ਇਹ ਨਹੀਂ ਵੀ ਜਿਹੜਾ ਵੀ ਉਮੀਦਵਾਰ ਜਿੱਤੂਗਾ ਉਹਦੇ ਕੋਲ ਕੋਈ ਜਾਦੂ ਆ ਜੂਗਾ ਵੀ ਉਹ ਸਾਰਾ ਸਿਸਟਮ ਹਿਲਾ ਦੂਗਾ ਉੱਥੇ ਜਾ ਕੇ ਮੇਨ ਗੱਲ ਆ ਵੀ ਤੁਸੀਂ ਆਪਦੇ ਏਰੀਏ ਲਈ ਕਿੰਨੀ ਕੁ ਬੁਲੰਦ ਆਵਾਜ਼ 'ਚ ਸਵਾਲ ਚੱਕ ਸਕਦੇ ਹੋ ਚਾਹੇ ਉਹ ਕੇਂਦਰ ਨਾਲ ਸੰਬੰਧਿਤ ਹੋਵੇ ਚਾਹੇ ਉਹ ਸਟੇਟ ਨਾਲ ਸੰਬੰਧਿਤ ਹੋਵੇ ਉਹਦੇ ਲਈ ਕੰਮ ਕਰੋਗੇ ਜਿਹਨੇ ਦਲਵੀਰ ਨੂੰ ਦਲਵੀਰ ਸਿੰਘ ਗੋਲਡੀ ਬਣਾਇਆ ਗਾ ਪੰਜਾਬ ਯੂਨੀਵਰਸਿਟੀ ਕਿਉਂ ਨਹੀਂ ਕਰੂੰਗਾ ਬਹੁਤ ਵੱਡਾ ਮੁੱਦਾ ਸੈਂਟਰਲਾਈਜ਼ ਸਟੇਟਸ ਦਾ ਅੱਜ 60% ਉਹਦੇ 'ਤੇ ਪੰਜਾਬ ਗਵਰਨਮੈਂਟ ਦਾ ਅਧਿਕਾਰ ਸੀਗਾ 40% ਸੈਂਟਰ ਉਹਨੂੰ ਫੰਡਿੰਗ ਕਰਦੀ ਸੀਗੀ ਅੱਜ ਸਾਡੇ ਨੌਜਵਾਨ ਜਿਹੜੇ ਪਿੱਛੇ ਜੇ ਘਟਨਾਕ੍ਰਮ ਹੋਇਆ ਚਾਹੇ ਉਹ ਵਿਚਾਰਧਾਰਾ ਲਈ ਉਹਨਾਂ ਦੀ ਵੱਖ ਆ ਬਟ ਮੈਂ ਅਸੀਂ ਨੇ ਰਲ ਕੇ ਕਈ ਐਜੀਟੇਸ਼ਨ ਇਕੱਠਿਆਂ ਨੇ ਕਰੇ ਨੇ ਅਤੇ ਉਹਦੇ 'ਚ ਅਸੀਂ ਪੋਲੀਟੀਕਲ ਪਾਰਟੀਜ਼ ਦਾ ਨੁਮਾਇੰਦਾ ਬਣ ਕੇ ਨਹੀਂ ਮੈਂ ਉੱਥੇ ਜਾਂਦਾ ਉੱਥੇ ਮੈਂ ਯੂਨੀਵਰਸਿਟੀ ਦਾ ਇੱਕ ਪੁਰਾਣਾ ਵਿਦਿਆਰਥੀ ਲੀਡਰ ਬਣ ਕੇ ਜਾਂਦਾ ਅਤੇ ਇਹਦੇ 'ਚ ਜੋ ਵੀ ਸਾਡੇ ਸਟੂਡੈਂਟਸ ਦੇ ਜਿਹੜਾ ਉਹਨਾਂ ਨੇ ਪਲੇਟਫਾਰਮ ਤਿਆਰ ਕਰਿਆ ਹੁਣ ਵੀ ਮੈਨੂੰ ਪਿੰਡਾਂ 'ਚ ਕਾਫੀ ਨੌਜਵਾਨ ਮਿਲੇ ਇਹ ਮੇਰੀ ਚੋਣ ਦੌਰਾਨ ਸੋ ਸਾਰਿਆਂ ਨੂੰ ਉਹਨਾਂ ਬੁਲਾ ਰਹੇ ਨੇ ਅਤੇ ਕੋਈ ਅੱਗੇ ਜਿਹੜਾ ਵੀ ਦਿਨ ਉਹ ਤੈਅ ਕਰਨਗੇ ਅਤੇ ਮੈਂ ਪੂਰੀ ਭੂਮਿਕਾ ਨਿਭਾਵਾਂਗਾ ਜਿੰਨਾ ਉਹਨਾਂ ਲਈ ਆਵਾਜ਼ ਬੁਲੰਦ ਕਰ ਸਕਿਆ ਉਨੀ ਆਵਾਜ਼ ਬੁਲੰਦ ਕਰਾਂਗਾ ਜਾਂਦੇ ਜਾਂਦੇ ਮੇਰਾ ਲਾਸਟ ਸਵਾਲ ਗੈਂਗ ਵਾਰ ਨੂੰ ਲੈ ਕੇ ਖਾਸ ਕਰਕੇ ਜਿਹੜੇ ਨਾਮ ਅੱਜ ਕੱਲ੍ਹ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਨਾਮ ਲਾਰੈਂਸ ਬਿਸ਼ਨੋਈ
ਜਾਂ ਇਹਨਾਂ ਦੇ ਜਿਹੜੇ ਉਹ ਸਾਰੇ ਗਰੁੱਪਾਂ ਦੀ ਗੱਲ ਕਰਦੇ ਨੇ ਪਿੱਛੇ ਜੇ ਜਿਹੜਾ ਵਿੱਕੀ ਮਿੱਡੂ ਖੇੜੇ ਦਾ ਹੋਇਆ ਤੁਸੀਂ ਵੀ ਯੂਨੀਵਰਸਿਟੀ ਦਾ ਹਿੱਸਾ ਰਹੇ ਹੋ ਡੀਏਵੀ ਕਾਲਜ ਪੰਜਾਬ ਯੂਨੀਵਰਸਿਟੀ ਜਿਹੜਾ ਉਹ ਦੌਰ ਸੀ ਤੁਹਾਨੂੰ ਕੀ ਲੱਗਦਾ ਹੈਗਾ ਵੀ ਉਹ ਦੌਰ ਨੇ ਕੀ ਅਜਿਹਾ ਸਾਹਮਣੇ ਰੱਖਤਾ ਇਹ ਨੌਜਵਾਨਾਂ ਦੇ ਹਾਲਾਂਕਿ ਲਾਰੈਂਸ ਕੋਲੇ 125 ਕਿੱਲਾ ਜ਼ਮੀਨ ਦਾ 110 ਕਿੱਲੇ ਜ਼ਮੀਨ ਦੇ ਆ ਵਧੀਆ ਘਰ ਤੋਂ ਬਿਲੋਂਗ ਕਰਦਾ ਹੈਗਾ ਇੱਕ ਹਾਰ ਹੋਈ ਯੂਨੀਵਰਸਿਟੀ ਤੋਂ ਬਾਅਦ ਫਿਰ ਜਦੋਂ ਉਹ ਇੱਕ ਵਾਰ ਜੇਲ੍ਹ ਦੇ ਵਿੱਚ ਜਾਂਦਾ ਉਦੋਂ ਬਾਅਦ ਕਿਹੜੀਆਂ ਅਜਿਹੀਆਂ ਚੀਜ਼ਾਂ ਸੀ ਵੀ ਇਹ ਚੀਜ਼ ਹੋ ਗਈ ਤੁਸੀਂ ਵੀ ਉੱਥੇ ਹੀ ਪੈਦਾ ਹੋਏ ਹੋ ਵਰਿੰਦਰ ਢਿੱਲੋਂ ਹੋ ਗਏ ਤੁਹਾਡੀ ਪਾਰਟੀ ਦੇ ਕਈ ਲੀਡਰ ਨੇ ਰਾਜਾ ਵੜਿੰਗ ਹੋ ਗਏ ਕਿਵੇਂ ਦੇਖਦੇ ਹੋ ਵੀ ਜਿਹੜੀ ਇਹ ਚੀਜ਼ ਹੋ ਰਹੀ ਹੈ ਵਿੱਕੀ ਨੂੰ ਮੈਂ ਕਾਫੀ ਨੇੜਿਓਂ ਜਾਣਦਾ ਸੀ ਵਿੱਕੀ ਮਿੱਡੂ ਖੇੜਾ ਨੂੰ ਜੀ ਉਹਦਾ ਜਿੰਨਾ ਟਾਈਮ ਮੈਂ ਯੂਨੀਵਰਸਿਟੀ ਰਿਹਾ ਉਦੋਂ ਤੱਕ ਮੈਂ ਇਹਦੇ 'ਚ ਮੈਂ ਨਹੀਂ ਕਦੇ ਉਹਦੀ ਇਨਵੋਲਵਮੈਂਟ ਦੇਖੀ ਸੀ ਇਸ ਪਾਸੇ ਨੂੰ ਜੀ ਲਾਰੈਂਸ ਕਾਫੀ ਬਾਅਦ 'ਚ ਆਇਆ ਹਾਂ ਜਿਹਦੇ ਬਾਰੇ ਮੈਂ ਬਹੁਤਾ ਨੇੜਿਓਂ ਨਹੀਂ ਜਾਣ ਸਕਿਆ ਅਤੇ ਬਾਕੀ ਨਾਗਰਾ ਜੀ ਉੱਥੋਂ ਦੇ ਯੂਨੀਵਰਸਿਟੀ ਦੇ ਸਾਡੇ ਲੀਡਰ ਨੇ ਜੀ ਦੀਪਾ ਜੀ ਸਾਡੇ ਉੱਥੋਂ ਯੂਨੀਵਰਸਿਟੀ ਦੇ ਲੀਡਰ ਨੇ ਦਾਮਨ ਬਾਜਵਾ ਲੜੇ ਸੀ ਸੁਨਾਮ ਤੋਂ ਯੂਨੀਵਰਸਿਟੀ ਦੇ ਲੀਡਰ ਨੇ ਵਰਿੰਦਰ ਢਿੱਲੋਂ ਸਾਡੇ ਯੂਨੀਵਰਸਿਟੀ ਦੇ ਲੀਡਰ ਨੇ ਖੁਸ਼ਬਾਜ ਜਟਾਣਾ ਯੂਨੀਵਰਸਿਟੀ ਦੇ ਲੀਡਰ ਨੇ ਰੋਬਿਨ ਬਰਾੜ ਐਸ ਆਈ ਦਾ ਲੀਡਰ ਆ ਸਾਡਾ ਮਾਲਵਿੰਦਰ ਕੰਗ ਨੇ ਮਾਲਵਿੰਦਰ ਕੰਗ ਯੂਨੀਵਰਸਿਟੀ ਦੇ ਲੀਡਰ ਨੇ ਸੋ ਇਹ ਪਤਾ ਨਹੀਂ ਬਈ ਟਰੈਕ ਕਿੱਧਰ ਨੂੰ ਜਾਣਾ ਉਹ ਯੂਨੀਵਰਸਿਟੀ ਤੋਂ ਬਾਹਰ ਨਿਕਲਦੇ ਕੋਈ ਲੀਡਰਸ਼ਿਪ ਵੱਲ ਨੂੰ ਆ ਜਾਂਦਾ ਅਤੇ ਕੋਈ ਬਿਜ਼ਨਸ ਵੱਲ ਨੂੰ ਚਲਾ ਜਾਂਦਾ ਕੋਈ ਕਿਸੇ ਚੀਜ਼ ਵੱਲ ਨੂੰ ਚਲਾ ਜਾਂਦਾ ਮੈਨੂੰ ਨਹੀਂ ਪਤਾ ਵੀ ਇਹ ਜਿਹੜੇ ਵਿਦਿਆਰਥੀ ਸੀਗੇ ਇਹ ਇੱਧਰਲੇ ਪਾਸੇ ਨੂੰ ਕਿਉਂ ਚਲੇ ਗਏ ਜਿਹੜੀ ਜ਼ਿਆਦਾ ਇਹਦੇ 'ਚ ਗੱਲ ਆ ਮੈਂ ਉਸ ਦਿਨ ਵੀ ਇਹੀ ਬੇਨਤੀ ਕਰੀ ਸੀ ਵੀ ਕਿਤੇ ਨਾ ਕਿਤੇ ਸ਼ਾਇਦ ਜਿਹੜੀ ਉਸ ਦਿਨ ਭਾਵਕ ਅਪੀਲ ਸੀ ਵੀ ਉਹਦੇ ਨਾਲ ਹੀ ਇਹ ਥੋੜ੍ਹਾ ਜਿਹਾ ਆਪਸ 'ਚ ਠੰਡੇ ਹੋ ਜਾਣ ਕਿਉਂਕਿ ਇਸ ਨਾਲ ਬਹੁਤ ਨੁਕਸਾਨ ਹੁੰਦਾ ਚਾਹੇ ਕਿਸੇ ਦਾ ਚਾਹੇ ਤੁਹਾਡੇ ਕੋਈ ਸੱਟ ਵੱਜਦੀ ਆ ਜਾਂ ਮੇਰੇ ਸੱਟ ਵੱਜਦੀ ਆ ਆਪਾਂ ਕਿਸੇ ਨਾ ਕਿਸੇ ਦਾ ਤਾਂ ਬੱਚੇ ਹਾਂ ਕਿਸੇ ਨਾ ਕਿਸੇ ਦੇ ਭਰਾ ਕੋਈ ਨਾ ਕੋਈ ਪਰਿਵਾਰ ਸਾਡੇ 'ਤੇ ਨਿਰਭਰ ਆ ਸੋ ਇਹ ਚੀਜ਼ਾਂ ਮੈਨੂੰ ਲੱਗਦਾ ਵੀ ਰੁਕਣੀਆਂ ਚਾਹੀਦੀਆਂ ਨੇ ਪੰਜਾਬ ਨਾਲ ਪੰਜਾਬ ਦਾ ਮਾਹੌਲ ਵੀ ਇਹਦੇ ਨਾਲ ਖਰਾਬ ਹੁੰਦਾ ਸਾਰੀ ਪੋਲੀਟਿਕਸ ਨੂੰ ਜ਼ਿੰਮੇਵਾਰ ਮੰਨਦੇ ਹੋ ਸਾਰੀਆਂ ਚੀਜ਼ਾਂ ਲਈ ਨਹੀਂ ਇਹਦੇ 'ਚ ਪੋਲੀਟਿਕਸ ਵਾਲਾ ਤਾਂ ਮੈਨੂੂੰ ਲੱਗਦਾ ਕੋਈ ਚੈਪਟਰ ਨਹੀਂ ਹੈਗਾ ਇਹ ਸਾਰੇ ਜਿੰਨੇ ਵੀ ਗੈਂਗਸਟਰ ਚੱਕ ਕੇ ਦੇਖ ਲਓ ਚਾਹੇ ਵਿੱਕੀ ਗੌਂਡਰ ਚੱਕ ਕੇ ਦੇਖ ਲਓ ਲੱਖਾ ਸਧਾਣਾ ਚੱਕ ਕੇ ਦੇਖ ਲਓ ਸ਼ੇਰਾ ਖੁੰਬਨ ਚੱਕ ਕੇ ਦੇਖ ਲਓ ਜਿੰਨੇ ਗੈਂਗਸਟਰਾਂ ਨੂੰ ਤੁਸੀਂ ਚੱਕੋਗੇ ਉਹਨਾਂ ਯੂਨੀਵਰਸਿਟੀ ਦੇ ਸਟੂਡੈਂਟ ਨਹੀਂ ਸੀ ਪਰ ਉਹ ਡੀਏਵੀ ਜਲੰਧਰ ਪੜ੍ਹਦੇ ਰਹੇ ਆ ਸਪੋਰਟਸ ਨਾਲ ਵੀ ਰਹੇ ਆ ਪਰ ਕਿਤੇ ਨਾ ਕਿਤੇ ਗੈਂਗਸਟਰਾਂ ਦੇ ਨਾਲ ਜਿਹੜਾ ਇੱਕ ਲੀਡਰ ਦਾ ਨਾਮ ਜੁੜਦਾ ਗਾ ਫਿਰ ਲੀਡਰ ਨਾਲ ਉਹ ਵੱਖ ਹੁੰਦਾ ਕਿਤੇ ਨਾ ਕਿਤੇ ਇਹ ਪ੍ਰਭਾਵ ਰਹਿੰਦਾ ਗਾ ਪੋਲੀਟਿਕਸ ਸਾਡੀ ਪੰਜਾਬ ਯੂਨੀਵਰਸਿਟੀ ਆ ਉਹ ਉਹਦੇ 'ਚ ਲਿੰਕਡੋ ਲੱਗੀ ਹੋਈ ਆ ਉਹਦੇ 'ਚ ਤਾਂ ਜੇ ਤੁਹਾਡੇ 'ਤੇ 57 ਦਾ ਪਰਚਾ ਤੁਸੀਂ ਤਾਂ ਵੀ ਇਲੈਕਸ਼ਨ ਕੰਟੈਸਟ ਨਹੀਂ ਕਰ ਸਕਦੇ ਜਿਹੜਾ ਇਲੈਕਟਰੋਲ ਸਿਸਟਮ ਆ ਜੀ ਜਿਹੜੇ ਕਾਲਜਸ ਨੇ ਪੰਜਾਬ ਦੇ ਪੰਜਾਬੀ ਯੂਨੀਵਰਸਿਟੀ ਦੇ ਅੰਡਰ ਜਾਂ ਬਾਕੀ ਯੂਨੀਵਰਸਿਟੀਆਂ ਦੇ ਅੰਡਰ ਉੱਥੇ ਥੋੜ੍ਹਾ ਜਿਹਾ ਰੁਝਾਨ ਹੈਗਾ ਪੋਸਟਰ ਵਗੈਰਾ ਲਾਉਣ ਦਾ ਵੀ ਮੇਰੀ ਜ਼ਿਆਦਾ ਵੱਡਾ ਗਰੁੱਪ ਆ ਤਾਂ ਮੈਂ ਪੋਸਟਰ ਲਾ ਦਿੰਦਾ ਤਾਂ ਮੈਨੂੰ ਲੱਗਦਾ ਹਰ ਇੱਕ ਜਗ੍ਹਾ 'ਤੇ ਇਲੈਕਟਡ ਸਿਸਟਮ ਹੋਣਾ ਚਾਹੀਦਾ ਤਾਂ ਕਿ ਬੱਚੇ ਮੈਂ ਸਰਕਾਰ ਤੋਂ ਵੀ ਇਹ ਮੰਗ ਕਰਦਾ ਕਿ ਉਹਦੇ 'ਚ ਜੋ ਗਾਈਡਲਾਈਨਸ ਨੇ ਉਹਨੂੰ ਫੋਲੋ ਕਰਿਆ ਜਾਵੇ ਤਾਂ ਕਿ ਕੋਈ ਵੀ ਕ੍ਰਿਮੀਨਲ ਬੈਕਗ੍ਰਾਊਂਡ ਵਾਲਾ ਬੰਦਾ ਜਿਹੜਾ ਉਹ ਇਲੈਕਸ਼ਨ ਕੰਟੈਸਟ ਨਹੀਂ ਕਰੂਗਾ ਤਾਂ ਮੈਨੂੰ ਲੱਗਦਾ ਨੌਜਵਾਨ ਆਪਦੀ ਛਵੀ ਨੂੰ ਸੁਧਾਰਨਗੇ ਕਿ ਸਾਡਾ ਯਾਰ ਇਹਦੇ ਨਾਲ ਨਾਮ ਜੁੜ ਜੂ ਕਿੱਥੇ ਤਾਂ ਬਦਮਾਸ਼ੀ ਵਾਲੇ ਤਰੀਕੇ 'ਚ ਉਹ ਸੋਚਦੇ ਨੇ ਕਿੱਥੇ ਜਦੋਂ ਉਹਨਾਂ ਦੇ ਲੈਕਚਰ ਵੀ ਪੂਰੇ ਹੋਣੇ ਚਾਹੀਦੇ ਨੇ ਉਹਨਾਂ 'ਤੇ ਕੋਈ ਕ੍ਰਿਮੀਨਲ ਕੇਸ ਵੀ ਨਹੀਂ ਹੋਣਾ ਚਾਹੀਦਾ ਉਹਨਾਂ ਦੀ ਅਟੈਂਡੈਂਸ ਵੀ ਪੂਰੀ ਹੋਣੀ ਚਾਹੀਦੀ ਆ ਇਹ ਸਾਰੇ ਪੱਖ ਨੇ ਜਿਹੜੇ ਇਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਚਾਹੇ ਦਿੱਲੀ ਯੂਨੀਵਰਸਿਟੀ ਦੇ ਵਿੱਚ ਚਾਹੇ JNU ਯੂਨੀਵਰਸਿਟੀ ਦੇ ਵਿੱਚ ਇਹ ਸਾਰੇ ਰੂਲ ਐਂਡ ਰੈਗੂਲੇਸ਼ਨ ਉੱਥੋਂ ਫੋਲੋ ਹੁੰਦੇ ਨੇ ਸੋ ਮੈਨੂੰ ਲੱਗਦਾ ਕਿ ਜੇ ਸਟੂਡੈਂਟ ਚਾਹੁੰਦੇ ਨੇ ਤਾਂ ਪੰਜਾਬ ਦੇ ਵਿੱਚ ਇਹ ਇਲੈਕਸ਼ਨਸ ਕਾਲਜ ਦੇ ਵਿੱਚ ਇਲੈਕਟਡ ਸਿਸਟਮ ਦੇ ਅਕੋਰਡਿੰਗ ਹੋਣੀਆਂ ਚਾਹੀਦੀਆਂ ਨੇ ਜੀ ਮੁੱਖ ਮੰਤਰੀ ਸਾਹਿਬ ਨੂੰ ਦੱਸਾਂ ਚੋ ਕਿੰਨੇ ਨੰਬਰ ਦੋਗੇ ਦੇਖੋ ਕੋਈ ਇਹ ਨਹੀਂ ਮੇਰਾ ਕਿਸੇ ਨਾਲ ਜਾਤੀ ਤੌਰ ਤੇ ਕਿਸੇ ਨਾਲ ਮੇਰੀ ਵਿਰੋਧ ਤਾਂ ਨਹੀਂ ਨਾ ਆਮ ਆਦਮੀ ਨਾਲ ਨਾ ਅਕਾਲੀ ਦਲ ਨਾਲ ਨਾ ਕਿਸੇ ਹੋਰ ਵੰਗ ਨਾਲ ਮੇਰਾ ਮੰਨਣਾ ਇਹ ਆ ਕਿ ਪਾਰਟੀ ਕੋਈ ਚੰਗੀ ਨਹੀਂ ਹੁੰਦੀ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਉਹਨੂੰ ਚਲਾਉਣ ਵਾਲੇ ਚੰਗੇ ਜਾਂ ਮਾੜੇ ਹੁੰਦੇ ਨੇ ਉਹ ਕਿਸੇ ਵੀ ਪਾਰਟੀ 'ਚ ਹੋ ਸਕਦੇ ਨੇ ਕਿਸੇ ਵੀ ਆਰਗੇਨਾਈਜੇਸ਼ਨ 'ਚ ਹੋ ਸਕਦੇ ਨੇ ਸੋ ਨੰਬਰਾਂ ਦੀ ਗੱਲ ਤਾਂ ਮੈਨੂੰ ਲੱਗਦਾ ਕਿ ਜੇ ਮੈਂ ਕਹੂੰਗਾ ਵੀ ਘੱਟ ਨੰਬਰ ਤਾਂ ਲੋਕ ਕਹਿਣਗੇ ਜੀ ਇਹ ਪੋਲਿਟਿਕ ਕਰਦਾ ਜੇ ਮੈਂ ਕਹੂੰਗਾ ਜੀ ਵੱਧ ਨੰਬਰ ਲੋਕ ਕਹਿਣਗੇ ਝੂਠ ਬੋਲਦਾ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਵੀ ਉਹਨਾਂ ਦੇ ਕਿੰਨੇ ਨੰਬਰ ਨੇ ਜਾਂ ਕਿੰਨੇ ਨੰਬਰ ਨਹੀਂ ਹੈਗੇ ਪਰ ਲੋਕਾਂ ਨੇ ਉਹਨਾਂ ਨੂੰ ਬਹੁਤ ਵੱਡਾ ਫਤਵਾ ਦਿੱਤਾ ਅਤੇ ਮੈਨੂੰ ਲੱਗਦਾ ਕਿ ਕਾਫੀ ਸੰਜੀਦਗੀ ਨਾਲ ਇਹ ਸਾਰਿਆਂ ਨੂੰ ਸਿਰ ਜੋੜ ਕੇ ਬੈਠਣ ਦੀ ਜ਼ਰੂਰਤ ਆ ਕੁਛ ਅਜਿਹੇ ਇਸ਼ੂਜ਼ ਨੇ ਜਿਨ੍ਹਾਂ ਦੇ ਉੱਪਰ ਆਲ ਪਾਰਟੀ ਮੀਟਿੰਗਸ ਹੋਣੀਆਂ ਚਾਹੀਦੀਆਂ ਨੇ ਜਿਵੇਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਸੋ ਕਾਫੀ ਜਿਵੇਂ ਸੈਂਟਰਲਾਈਜ਼ ਯੂਨੀਵਰਸਿਟੀ ਦੇ ਸਟੇਟਸ ਨੂੰ ਲੈ ਕੇ ਸੋ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਮੈਨੂੰ ਲੱਗਦਾ ਜਿੱਤ ਗਏ ਤੁਸੀਂ ਬਟ ਉਦੋਂ ਬਾਅਦ ਜੇ ਤੁਸੀਂ ਕਾਲ ਕਰੋਗੇ ਤਾਂ ਜੇ ਤੁਸੀਂ ਮੈਨੂੰ ਕੋਈ ਚੰਗੀ ਸਲਾਹ ਦਿੰਦੇ ਹੋ ਮੈਨੂੰ ਲੱਗਦਾ ਇਹਦੇ 'ਚ ਆਪਾਂ ਨੂੰ ਗਰੇਜ਼ ਨਹੀਂ ਕਰਨਾ ਚਾਹੀਦਾ ਆਪਾਂ ਅਗਲੀ ਇਲੈਕਸ਼ਨ ਜਿਹੜੀ ਲੜਨੀ ਆ ਕਾਲ ਕਰੀ ਮੁੱਖ ਮੰਤਰੀ ਸਾਹਿਬ ਨੂੰ ਕਦੇ ਨਹੀਂ ਮੈਂ ਨਹੀਂ ਕਰੀ ਮੇਰੇ ਕੋਲ ਨੰਬਰ ਨਹੀਂ ਹੈਗਾ ਜੀ ਗੋਲਡੀ ਜੀ ਨਹੀਂ ਉਹ ਧੁਰੀ ਆਏ ਨੇ ਸਮਾਂ ਦਿੱਤਾ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ ਜੀ ਥੈਂਕ ਯੂ ਜੀ